ਪਰ ਇਹਨਾਂ ਦੇ ਹਾਂ ਜੀ ਹਾਂ ਸਸਕਲ ਜੀ ਸਸਕਲ ਇੱਕ ਇਹਨਾਂ ਦੀ ਵੀਡੀਓ ਵੀ ਪਈ ਸੀ ਸਸਕਲ ਬਾਪੂ ਜੀ, ਤੁਸੀਂ ਉਹਨਾਂ ਦੇ ਹਾਂ ਬੱਚੇ ਦੇ ਨਾਨਾ ਜੀ? ਜੀ ਅੱਛਾ ਜੀ, ਅੱਛਾ ਜੀ, ਸਸਕਲ ਦੀਦੀ ਕੀ ਹਾਲ ਹੈ ਜੀ? ਸਸਕਲ ਆਂਟ ਜੀ, ਸਸਕਲ ਹੋਈ ਜੀ, ਤੁਸੀਂ ਪਾਈ ਸੀ ਉਹ ਵੀਡੀਓ? ਅੱਛਾ ਜੀ, ਉਹ ਕਦੋਂ ਪਾਈ ਸੀ ਵੀਡੀਓ? ਸਸਕਲ ਬੇਟਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਸੋਂ ਪਾਈ ਸੀ ਵੀਡੀਓ ਤੁਹਾਨੂੰ? ਅੱਛਾ ਜੀ, ਨਹੀਂ ਇੱਕ ਜਿਹੜੀ ਤੁਸੀਂ ਪੂਰੇ ਮੱਲੇ ਵਾਲਿਆਂ ਨੇ ਖੜ ਕੇ ਵੀਡੀਓ ਪਾਈ ਸੀਗੀ? ਅੱਛਾ, ਉਹ ਵੀ ਵੀਡੀਓ ਤੁਸੀਂ ਪਾਈ ਸੀ? ਅੱਛਾ, ਉਹ ਕਿਤੇ ਸੋਸ਼ਲ ਮੀਡੀਆ ਤੇ ਵੀ ਤੁਸੀਂ ਪਾਈ? ਅੱਛਾ ਜੀ, ਓਕੇ। ਤੇ ਕੀ ਦਿੱਕਤ ਹੈ ਬੱਚੇ ਨੂੰ? ਅੱਛਾ, ਰਸੌਲੀ ਹੈ। ਅੱਛਾ ਜੀ, ਤੁਸੀਂ ਇਹਨਾਂ ਚੋਂ ਕੋਈ ਇਹਨਾਂ ਦੇ ਰਿਸ਼ਤੇਦਾਰ ਤਾਂ ਨਹੀਂ ਖੜੇ? ਅੱਛਾ, ਇਹ ਨਾਨਾ ਜੀ ਹੈ, ਇਹ ਇਹਨਾਂ ਦੀ ਪੋਤੀ ਹੈ, ਦੋਤੀ, ਠੀਕ ਹੈ ਜੀ। ਤੇ ਕੀ ਹੋਇਆ ਕੀ ਸੀਗਾ ਬਾਪੂ ਜੀ ਇਹਨੂੰ? ਅੱਛਾ ਜੀ, ਬੇਟਾ ਕੀ ਨਾਮ ਹੈ ਤੇਰਾ? ਖੁਸ਼ੀ। ਅੱਛਾ ਜੀ, ਸ਼ੁਰੂ ਤੋਂ ਹੀ। ਫਿਰ ਤੁਸੀਂ ਕਿਹੜੇ ਡਾਕਟਰ ਕੋਲ ਚੈੱਕ ਕਰਿਆ? ਕੋਈ ਰਿਪੋਰਟਾਂ ਕਾਗਜ਼ ਹੈਗੇ ਕੋਈ? ਦਿਖਾ ਦਿਓ, ਦਿਖਾ ਦਿਓ ਜੋ ਹੈਗਾ। ਅੱਛਾ ਜੀ, ਇੱਥੇ ਕਿਰਾਏ ਤੇ ਰਹਿੰਦੇ ਨੇ? ਫਿਰ ਚੱਲੀਏ ਪਤਰਾ ਘਰ ਦੇਖੀਏ। ਆ ਜਾ, ਦਿਖਾ ਫਿਰ, ਆ ਜਾ। ਸਕੂਲ ਪੜ੍ਹਦੇ ਹੋ ਬੇਟਾ ਤੁਸੀਂ? ਸਕੂਲ ਨਹੀਂ ਪੜ੍ਹਦੇ? ਪੜ੍ਹਨਾ ਸਕੂਲ? ਕਿਉਂ ਨਹੀਂ ਪੜ੍ਹਦੇ ਤੁਸੀਂ ਸਕੂਲ? ਹੈਂ, ਸਕੂਲ ਲਾਇਆ ਨਹੀਂ? ਸਕੂਲ ਜਾਣਾ ਤੁਸੀਂ? ਤੁਹਾਡਾ ਪੂਰਾ ਨਾਮ ਕੀ ਹੈ? ਪੂਰਾ ਨਾਮ ਕੀ ਜੀ ਬੱਚੀ ਦਾ? ਆਧਾਰ ਕਾਰਡ ਤੇ ਖੁਸ਼ੀ ਅੱਗੇ ਕੀ ਲਾਉਂਦੇ? ਖੁਸ਼ੀ, ਖੁਸ਼ ਕੌਰ, ਖੁਸ਼ੀ ਕੌਰ। ਇਹਨਾਂ ਦਾ ਆਧਾਰ ਕਾਰਡ ਬੱਚੀ ਦਾ ਹੈਗਾ ਜੀ? ਦਿਖਾਓ। ਤੇ ਬਾਪੂ ਜੀ ਸਕੂਲ ਕਿਉਂ ਨਹੀਂ ਪਾਇਆ ਬੱਚੀ ਨੂੰ? ਅੱਛਾ ਜੀ, ਅੱਛਾ, ਕਿੱਥੇ ਪੇਰੈਂਟਸ ਕਿੱਥੇ ਗਏ ਇਹਨਾਂ ਦੇ ਮਾਂ ਬਾਪ? ਅੱਛਾ, ਪੂਰੇ ਹੋ ਗਏ ਸੀ। ਕਿੱਦਾਂ ਪੂਰੇ ਹੋ ਗਏ ਸੀ? ਅੱਛਾ, ਚੈਸਟ ਕੈਂਸਰ ਸੀ। ਕਿੰਨਾਂ ਨੂੰ? ਇਹਨਾਂ ਦੀ ਮਦਰ ਨੂੰ, ਮੰਮੀ ਨੂੰ, ਇਹਨਾਂ ਦੀ ਮਾਤਾ ਜੀ ਨੂੰ? ਅੱਛਾ ਜੀ, ਕਦੋਂ ਪੂਰੇ ਹੋਏ ਹੋ? ਤੇ ਬੱਚੀ ਦੀ ਉਮਰ ਕਿੰਨੀ ਹੈ? 10 ਸਾਲ, 2 ਸਾਲ ਦੀ। ਤੇ ਫਾਦਰ ਸਾਹਿਬ ਇਹਨਾਂ ਦੇ? ਫਾਦਰ ਸਾਹਿਬ ਕਿੱਥੇ ਗਏ? ਅੱਛਾ, ਤੁਹਾਡਾ ਤੇ ਖੁਸ਼ੀ ਦਾ, ਦੋਨਾਂ ਦਾ। ਤੁਹਾਡਾ ਨਾਮ ਅਸ਼ੋਕ ਕੁਮਾਰ ਜੀ ਹੈ? ਰਹਿਣ ਵਾਲੇ ਕਿੱਥੇ ਹੋ ਤੁਸੀਂ? ਬਰੇਲੀ ਦੇ? ਬਰੋਲੀ ਦੇ ਰਹਿਣ ਵਾਲੇ ਹੋ? ਨਹੀਂ, ਆਪਾਂ ਪਿੰਡ ਕਿਹੜਾ ਪਿੱਛੇ ਤੁਹਾਡਾ? ਯੂਪੀ। ਅੱਛਾ, ਕਦੋਂ ਆਏ ਸੀ ਤੁਸੀਂ ਫਿਰ ਲੁਧਿਆਣੇ? ਕਦੋਂ ਆਏ ਸੀ? ਕਾਫੀ ਚਿਰ ਹੋ ਗਿਆ ਮੈਨੂੰ ਆਏ ਨੂੰ। ਅੱਛਾ ਜੀ, ਹੈ ਤੇ ਫਿਰ ਕਦੀ ਕਿਤੇ ਕਿਰਾਏ ਦੇ ਤੇ ਕਦੀ ਕਿਤੇ, ਕਦੀ ਦੀ ਦੇਖਭਾਲ ਕਰ। ਕੰਮ ਕਿੱਥੇ ਕਰਦੇ ਹੋ ਤੁਸੀਂ? ਕੰਮ ਕੀ? ਮੈਂ ਤੇ ਰਕਸ਼ਾ ਚਲਾਉਣਾ। ਅੱਛਾ ਜੀ, ਰਕਸ਼ੇ ਦੇ। ਆ ਜਾ ਖੁਸ਼ੀ, ਤੁਸੀਂ ਕਦੋਂ ਤੋਂ ਜਾਣਦੇ ਹੋ ਭੈਣੇ ਇਸ ਪਰਿਵਾਰ ਨੂੰ? ਗੁਰਦੁਆਰਾ ਸਾਹਿਬ ਆਉਂਦੀ ਸੀ ਬੱਚੀ, ਬਸ ਸਾਰਿਆਂ ਨਾਲ ਪਿਆਰ ਹੋ ਗਿਆ। ਅੱਛਾ, ਗੁਰਦੁਆਰਾ ਸਾਹਿਬ ਆਉਂਦੀ ਸੀ, ਡੇਲੀ ਆਉਂਦੇ ਨੇ? ਕਦੋਂ ਤੋਂ ਆ ਰਹੇ ਨੇ? ਹੋਵੇ ਘੱਟ ਘੱਟ ਸਾਲ, 1.5 ਸਾਲ ਹੋ ਗਿਆ। ਅੱਛਾ ਜੀ, ਵੈਸੇ ਬਿਆਰਕਨ ਖੁਸ਼ ਹੋ ਕੇ ਬੁਲਾਉਂਦੀ ਹੈ, ਇਦਾਂ ਦੀ ਗੱਲ ਨਹੀਂ ਬੁਲਾਉਂਦੀ ਜਿਹੜੀਆਂ ਇਦਾਂ ਦੀਆਂ ਜ਼ਿਆਦਾ ਬਲੈਸਡ ਰੂਹਾਂ ਹੁੰਦੀਆਂ। ਇਹ ਤਾਂ ਗੱਲ ਇਸ ਵੇਲੇ ਗੁਰਦੁਆਰੇ ਛੱਡ ਜਾਂਦੇ ਇਹਨਾਂ ਨੂੰ, ਫਿਰ ਜਾਣ ਵੇਲੇ ਲੈ ਜਾਂਦੇ ਆ, ਬੇਟਾ ਬਣ ਦਿੰਦਾ ਹੈ। ਅੱਛਾ ਜੀ, ਤਾਂ ਤੁਸੀਂ ਦਸਤਾਰਬੰਦੀ ਵਾਲੀ? ਐਕਟਿਵ ਬਹੁਤ। ਦਸਤਾਰ ਬਹੁਤ ਸੋਹਣੀ ਲੱਗ ਰਹੀ ਤੁਹਾਡੇ। ਕੌਣ ਬਣਦਾ ਬੇਟੇ ਤੁਸੀਂ? ਕੌਣ ਬਣਦਾ ਦਸਤਾਰ? ਭਾਜੀ ਕੀ ਨਾਮ? ਭਾਜੀ ਦਾ ਦੱਸੋ, ਭਾਜੀ ਦਾ ਨਾਮ ਕੀ? ਵੀਰੇ ਦਾ ਪਤਾ ਹੈ? ਰੋਣਾ ਕਿਉਂ? ਗੱਲ ਸੁਣ, ਗੱਲ ਸੁਣ, ਗੱਲ ਸੁਣ, ਨਾਮ ਦੱਸ। 5 ਮਿੰਟ ਲੇਟ ਹੋ ਜਾਂਦੇ ਨਾ ਗੁਰਦੁਆਰਾ ਸਾਹਿਬ। ਚਲੋ, ਮੈਂ ਤਾਂ ਪਹਿਲਾਂ ਜੀ ਤੁਹਾਡਾ ਦੇਖੋ ਬਹੁਤ ਸ਼ੁਕਰਗੁਜ਼ਾਰ ਆ ਕਿ ਤੁਸੀਂ ਸਾਨੂੰ ਇਹਨਾਂ ਦੀ ਸੇਵਾ ਦਾ ਮੌਕਾ ਦਿੱਤਾ। ਅਸੀਂ ਤਾਂ ਖੁਦ ਚਾਹੁੰਦੇ ਹਾਂ ਕਿ ਸਾਨੂੰ ਇਦਾਂ ਦੇ ਕੇਸ ਮਿਲਣ, ਤੇ ਖੁਦ ਮੈਂ ਇਸ ਲਈ ਅਸੀਂ ਇਹਨਾਂ ਨੂੰ ਆਪਣੇ ਕੋਲ ਨਹੀਂ ਬੁਲਾਇਆ, ਮੈਂ ਖੁਦ ਇਹਨਾਂ ਦੇ ਘਰੇ ਆਇਆ। ਤੇ ਬੱਚੇ ਦਾ ਜੋ ਟ੍ਰੀਟਮੈਂਟ ਤਾਂ ਸਾਰਾ ਅਸੀਂ ਕੱਲ ਹੀ ਸ਼ੁਰੂ ਕਰਾ ਦਿੰਦੇ, ਬਾਪੂ ਜੀ ਨੂੰ ਖਰਚਾ ਪਾਣੀ ਹੁਣੀ ਦੇ ਦਾਂਗੇ ਅਸੀਂ। ਸਵੇਰੇ ਚੱਲ ਜਾਣਗੇ ਬੱਚੀ ਨੂੰ ਲੈ ਕੇ, ਅਸੀਂ ਗੱਡੀ ਕਰਾ ਦਾਂਗੇ ਇਹਨਾਂ ਦੀ, ਕੈਬ ਕਰਾ ਕੇ, ਟੈਕਸੀ ਕਰਾ ਕੇ ਸਵੇਰੇ ਬਾਪੂ ਜੀ ਨੂੰ ਭੇਜ ਦਿੰਦੇ ਹਾਂ। ਉੱਥੇ ਸਾਡਾ ਚੰਡੀਗੜ੍ਹ ਟੀਮ ਮੈਂਬਰ ਇਹਨਾਂ ਨੂੰ ਮਿਲੇਗਾ, ਚੈੱਕ ਕਰਾ ਕੇ ਬੱਚੀ ਨੂੰ, ਜੋ ਟ੍ਰੀਟਮੈਂਟ ਹੋਇਆ ਸਾਰਾ ਅਸੀਂ ਕਰਾ ਦਿੰਦੇ। ਹੁਣ ਤੁਹਾਡੀ ਜਿਹੜੀ ਮੈਂ ਸੇਵਾ ਲਾ ਲੱਗਾ ਉਹ ਇਹ ਕਿ ਇਹਨਾਂ ਦੀ ਦੇਖਭਾਲ ਦੀ, ਬੱਚੀ ਨੂੰ ਸਕੂਲ ਪਾਓ, ਆਧਾਰ ਕਾਰਡ ਇਹਦੇ ਕੋਲ ਹੈਗਾ, ਔਰ ਜੋ ਵੀ ਇਸ ਪਰਿਵਾਰ ਦਾ ਖਰਚਾ ਹੋਇਆ A to Z ਬੱਚੇ ਦਾ, ਬਾਪੂ ਜੀ ਦਾ, ਉਹ ਸਾਰਾ ਅਸੀਂ ਕਰਾਂ। ਬਾਪੂ ਜੀ ਰਾਸ਼ਨ ਲੈਣ, ਜੋ ਕੰਮ ਕਾਰ ਕਰਦੇ ਨੇ ਉਹਦੇ ਨਾਲ ਖਰਚਾ ਪਾਣੀ ਚਲਾਈ ਜਾਣ ਜਿੰਨਾ ਕੁ ਚੱਲਦਾ, ਬੱਚੀ ਨੂੰ ਥੋੜ੍ਹਾ ਤੁਸੀਂ ਸੰਭਾਲੋ। ਫਰਕ ਇਹੀ ਹੈ ਕਿ ਆਪਣੇ ਘਰ ਨਹੀਂ ਪੈਦਾ ਹੋਈ, ਇਹਦੇ ਘਰ ਪੈਦਾ ਹੋਈ, ਪਰ ਦੁਨੀਆ ਦਾ ਬਾਬੇ ਨਾਨਕ ਦੀ ਸਭ ਦੀ ਸਾਂਝੀ ਹੈ। ਟ੍ਰੀਟਮੈਂਟ ਹੋ ਸਕਦਾ ਜਿੱਦਾਂ ਦੀ ਨਾ ਪਲਾਸਟਿਕ ਸਰਜਰੀ ਹੋਏਗੀ ਸ਼ਾਇਦ। ਤੋਂ ਬਾਪੂ ਜੀ ਮੂੰਹ ਤੇ ਕੀ ਹੋਇਆ ਸੀ ਬੱਚੀ ਦੇ?
ਸਟੀਮ ਦੀ ਭਾਫ ਇਹਦੀ ਮੰਮੀ ਕੋ ਦਿੱਤੀ ਗਈ ਸੀ ਸਟੀਮ ਦੀ ਭਾਫ ਦਿੱਤੀ ਗਈ ਸੀ ਅੱਛਾ ਉਸ ਤੋਂ ਬਾਅਦ ਫਿਰ ਕਿਤੋਂ ਇਲਾਜ ਹੀ ਨਹੀਂ ਕਰਾਇਆ ਘਰੇ ਹੀ ਬਸ ਕਦਰ ਹੋਰ ਪੈਸੇ ਨਹੀਂ ਪੈਸੇ ਨਹੀਂ ਸੀਗੇ ਚਲੋ ਜਿਹੜੀ ਬੱਚੇ ਦੀ ਰਸੌਲੀ ਹੁਣ ਪਿੱਠ ਤੇ ਹੈਗੀ ਇਹਦਾ ਤਾਂ ਅਸੀਂ ਟ੍ਰੀਟਮੈਂਟ ਕੱਲ ਹੀ ਕਰਾ ਦਾਂਗੇ ਉਹਦੇ ਤੇ 2 ਲੱਖ ਲੱਗੇ 5 ਲੱਖ ਲੱਗੇ ਉਹ ਸਾਡੀ ਜ਼ਿੰਮੇਵਾਰੀ ਹੈ ਹਨਾ ਤੁਸੀਂ ਬਸ ਇੱਕ ਸਾਡਾ ਨੰਬਰ ਲੈ ਲਿਓ ਮੇਰਾ ਪਰਸਨਲ ਮੇਰੇ ਨਾਲ ਟੱਚ 'ਚ ਰਹੋ ਤੇ ਜੋ ਵੀ ਇਸ ਪਰਿਵਾਰ ਨੂੰ ਵੀਰੇ ਤੁਸੀਂ ਧਿਆਨ ਰੱਖਿਓ ਖਰਚਾ A to Z ਇਹਨਾਂ ਨੂੰ ਡੈਰੀ ਲਵਾ ਦਿਓ ਜੋ ਜੋ ਵੀ ਇਹਨਾਂ ਦੇ ਘਰ ਦਾ ਤੁਹਾਨੂੰ ਖਰਚਾ ਲੱਗਦਾ ਕੋਈ ਕਮਰਾ ਇਹੀ ਕਮਰਾ ਬਸ ਤੁਹਾਡਾ ਇਹ ਵੀ ਤੁਹਾਡਾ ਨਹੀਂ ਤੇ ਕਿਰਾਇਆ ਕਿੰਨਾ ਇਹਦਾ ਇਹਦਾ ਕਿਰਾਇਆ 1500 ਰੁਪਏ ਕਦੋਂ ਤੋਂ ਰਹਿ ਰਹੇ ਹੋ ਫਿਰ ਤੁਸੀਂ ਇੱਥੇ ਮੈਨੂੰ ਹੋ ਹੀ ਗਿਆ ਤੇ ਬੱਚੀ ਇੱਥੇ ਹੀ ਰਹਿੰਦੀ ਹੈ ਨਾਲ ਹੀ ਮੇਰੇ ਕੋਲ ਹੀ ਰਹਿੰਦੀ ਤੁਹਾਡੇ ਨਾਲ ਹੀ ਰਹਿੰਦੀ ਮੇਰੇ ਨਾਲ ਹੀ ਰਹਿੰਦੀ ਕਦੋਂ ਤੋਂ ਰਹਿ ਰਹੇ ਹੋ ਬਾਪੂ ਜੀ ਤੁਸੀਂ ਇਸ ਕਮਰੇ 'ਚ ਹੋ ਹੀ ਗਏ 1 ਸਾਲ ਹੋ ਗਿਆ 1 ਸਾਲ ਹੋ ਗਿਆ ਪਹਿਲਾਂ ਕਿੱਥੇ ਰਹਿੰਦੇ ਸੀ ਪਹਿਲਾਂ ਆਪਾਂ ਰਹਿੰਦੇ ਸੀਗੇ ਕਿਸ਼ੋਰ ਨਗਰ ਉੱਧਰ ਉੱਧਰ ਆ ਗਏ ਅੱਛਾ 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 ਤੇ ਤੁਹਾਡੇ ਵਾਈਫ ਕਿੱਥੇ ਨੇ ਪੂਰੀ ਹੋ ਗਈ 2008 ਹੋਰ ਕੋਈ ਤੁਹਾਡਾ ਰਿਸ਼ਤੇਦਾਰ ਕੋਈ ਪਰਿਵਾਰਕ ਬੰਦਾ ਗਰੀਬੀ 'ਚ ਤਾਂ ਵੈਸੇ ਵੀ ਨਹੀਂ ਹੁੰਦੇ ਅਮੀਰਾਂ ਦੇ ਨਾਮ ਵੀ ਹੁਣ ਤਾਂ ਵੀ ਬਣ ਜਾਂਦੇ ਆ ਜਿਹੜੇ ਉਹ ਵੀ ਭੱਜ ਜਾਂਦੇ ਆ ਤੁਸੀਂ ਬਹੁਤ ਵਧੀਆ ਇਹੀ ਰਿਸ਼ਤਾ ਸਭ ਤੋਂ ਵੱਡਾ ਇਨਸਾਨੀਅਤ ਦਾ ਹੁਣ ਅਸੀਂ ਇਹਨਾਂ ਨੂੰ ਖਰਚੇ ਪਾਣੀ ਜੋਗੇ 2000-2500 ਰੁਪਏ ਬਾਪੂ ਨੂੰ ਦੇ ਦੇਣੇ ਰੋਟੀ ਪਾਣੀ ਵਾਸਤੇ ਗੱਡੀ ਕਰਾ ਦਿੰਦੇ ਸਵੇਰੇ ਤੇ ਜਿੰਨੀਆਂ ਰਿਪੋਰਟਾਂ ਇਹਨਾਂ ਕੋਲ ਹੈਗੀਆਂ ਲੈ ਕੇ ਸਾਰੀਆਂ ਚੱਲ ਜਾਣਗੇ ਉੱਥੇ ਡਾਕਟਰ ਕੋਲ ਸਾਰਾ ਚੈੱਕਅਪ ਕਰਾ ਕੇ ਅਸੀਂ ਕੀ ਆਪਰੇਸ਼ਨ ਹੋਣਾ ਕਿੰਨਾ ਟ੍ਰੀਟਮੈਂਟ ਚੱਲਣਾ ਕਿੱਦਾਂ ਚੱਲਣਾ ਸਾਰਾ ਸਮਝ ਕੇ ਫਿਰ ਮੈਂ ਤੁਹਾਡੇ ਨਾਲ ਫੋਨ ਤੇ ਗੱਲ ਕਰਦਾ ਤੁਹਾਨੂੰ ਦੱਸ ਦਿੰਦਾ ਤੇ ਬਸ ਤੁਹਾਡੇ ਮੋਰ ਇੱਕ ਬੇਨਤੀ ਇੱਕ ਤਾਂ ਜਿਹੜੇ ਪਰਿਵਾਰ ਦੀ ਕਮੀ ਆ ਉਹ ਤਾਂ ਤੁਸੀਂ ਪੂਰੀ ਕਰ ਸਕਦੇ ਹੋ ਤੁਸੀਂ ਇਹਦੇ ਵੱਡੇ ਭਰਾ ਹੋ ਤੁਸੀਂ ਇਹਦੇ ਵੱਡੀ ਭੈਣ ਹੋ ਪੀਜੀਏ ਚੰਡੀਗੜ੍ਹ ਤੋਂ ਕਰਾਵਾਂਗੇ ਕਿਉਂਕਿ ਪੇਸ਼ੈਂਟ ਦਾ ਜਿਹੜਾ ਆਪਰੇਸ਼ਨ ਹੈ ਨਾ ਉਹ ਜਿਹੜੀ ਰਸੌਲੀ ਹੈ ਉਹ ਨੈਕ ਨਾਲ ਕਨੈਕਟਡ ਹੈ ਤੇ ਜਿਹੜਾ ਆਪਰੇਸ਼ਨ ਹੈ ਉਹ ਕਾਫੀ ਸਵੇਰ ਆਪਰੇਸ਼ਨ ਹੋਏਗਾ ਉਹ ਛੋਟੇ ਮੋਟੇ ਡਾਕਟਰ ਕੋਲ ਨਹੀਂ ਹੋਣਾ ਤੇ ਪੰਜਾਬ 'ਚ ਪੀਜੀਏ ਤੋਂ ਉੱਤੇ ਸਲਾਹ ਵਧੀਆ ਕਿਸੇ ਨੇ ਨਹੀਂ ਦੇਣੀ ਸਾਰਾ ਕੁਝ ਸਾਡੇ ਟੀਮ ਮੈਂਬਰ ਜਾਏਗਾ ਜੇ ਹੋ ਸਕਦਾ ਮੈਂ ਤੁਹਾਡੇ 'ਚੋਂ ਵੀ ਇੱਕ ਇਨਵਾਈਟ ਕਰਾਂਗਾ ਕਿ ਇਹਨਾਂ ਨਾਲ ਜੇ ਕੱਲ੍ਹ ਕੋਈ ਜਾ ਸਕਦਾ ਗੱਡੀ 'ਚ ਜਾਣਾ ਗੱਡੀ 'ਚ ਆਣਾ ਆ ਜਾਂਦਾ ਜੇ ਕੋਈ ਉਹਦੀ ਵੀ ਦਿਹਾੜੀ ਦੁੜੀ ਹੋਈ ਕੋਈ ਟੁੱਟੀ ਮੈਂ ਉਹ ਵੀ ਦੇ ਦੂੰਗਾ ਕੀ ਹੋਏਗਾ ਜੇ ਕੋਈ ਤੁਹਾਡੇ 'ਚੋਂ ਇੱਕ ਜਾਣਾ ਚੱਲ ਜਾਏਗਾ ਨਾ ਤੁਹਾਡਾ ਡਾਕਟਰ ਨਾਲ ਗਾਈਡੈਂਸ ਵਧੀਆ ਹੋ ਸਕਦੀ ਕੀ ਹੋ ਸਕਦਾ ਬਾਪੂ ਜੀ ਕੋਈ ਗੱਲ ਨਾ ਹੋਵੇ ਬੜਾ ਵਧੀਆ ਕਰਾਂ ਮੈਂ ਕੋਵਿਡ 'ਚ 2 ਸਾਲ ਉਹਨੇ ਘਰੇ ਬਿਠਾ ਦਿੱਤੇ ਤਾਂ 1 ਸਾਲ ਜੇ ਆਪਾਂ ਇਹਦੇ ਲਈ ਕੱਢ ਲਾਂਗੇ ਤਾਂ ਪਰਮਾਤਮਾ ਪੁੰਨ ਹੀ ਲਿਖੇਗਾ ਤੇ ਤੁਹਾਡੇ 'ਚੋਂ ਦੇਖ ਲਓ ਜੇ ਕੋਈ ਜਾ ਸਕਦਾ ਤਾਂ ਮੈਂ ਬੜਾ ਸ਼ੁਕਰਗੁਜ਼ਾਰ ਹੋਊਂਗਾ ਹਾਂ ਪੱਕਾ ਚੱਲ ਜੂਗਾ ਕੋਈ ਨਾ ਕੋਈ ਹੈ ਨਾ ਮੈਂ ਤੁਹਾਨੂੰ ਆਪਣਾ ਨੰਬਰ ਦੇ ਕੇ ਜਾਂਦਾ ਗੱਡੀ ਵਾਲੇ ਦਾ ਨੰਬਰ ਦੇ ਜਾਂਦਾ ਸਵੇਰੇ ਉਹ ਘਰੋਂ ਤੁਹਾਨੂੰ 4-5 ਵਜੇ ਲੈ ਜਾਏਗਾ ਤੇ ਚੈੱਕ ਕਰਾ ਕੇ ਤੁਹਾਨੂੰ ਵਾਪਸੀ ਵੀ ਛੱਡ ਦੇਗਾ ਤੇ ਉਸ ਤੋਂ ਬਾਅਦ ਜੋ ਵੀ ਟ੍ਰੀਟਮੈਂਟ ਬੱਚੀ ਦਾ ਚੱਲੇ ਅਸੀਂ ਚਲਾਵਾਂਗੇ ਠੀਕ ਹੈ ਬਾਪੂ ਜੀ ਬਹੁਤ ਚੰਗੇ ਕਰਮ ਕੀਤੇ ਨੇ ਤੁਸੀਂ ਤੇ ਧੀ ਨੇ ਕਿ ਜਿਹੜਾ ਇੰਨਾ ਪਰਿਵਾਰ ਅੱਜ ਇਹਨਾਂ ਨਾਲ ਖੜ ਗਏ ਠੀਕ ਹੈ ਅਸੀਂ ਤੁਹਾਨੂੰ ਖਰਚਾ ਪਾਣੀ ਦੇ ਜਾਂਦੇ ਹਾਂ ਹੁਣੀ ਤੇ ਫਿਰ ਗੱਡੀ ਕਰਾ ਕੇ ਇਹਨਾਂ ਦਾ ਸਾਰਾ ਕਰਾ ਦਿੰਦੇ ਹੋਰ ਕੋਈ ਗੱਲਬਾਤ ਸਕੂਲ ਪਵਾਓ ਇਹਨੂੰ ਥੋੜਾ ਜਲਦੀ ਜਿਹੜਾ ਇੱਥੇ ਤੱਕ ਲੈ ਕੇ ਆਇਆ ਦੁਨੀਆਂ ਨੂੰ ਅੱਗੇ ਵੀ ਲਿਆਏਗਾ ਫਿਲਹਾਲ ਦੀ ਘੜੀ ਆਪਾਂ ਇਹਦਾ ਇਲਾਜ ਕਰਾਈਏ ਵੱਡੀ ਹੋਵੇ ਹਨਾ ਬਾਕੀ ਗੁਰਸਾਹਿਬ ਕਿਰਪਾ ਕਰਨ ਕੁਛ ਨਾ ਕੁਛ ਵਧੀਆ ਹੀ ਹੋਏ ਪਰਮਾਤਮਾ ਇਹਨਾਂ ਦੇ ਨਾਨਾ ਜੀ ਨੂੰ ਤੰਦਰੁਸਤੀ ਬਖਸ਼ਣ ਪਰ ਹਾਲਾਤ ਕਾਫੀ ਮਾੜੇ ਨੇ ਪਰਿਵਾਰ ਦੇ ਤੁਸੀਂ ਸਾਨੂੰ ਕਦੋਂ ਕੰਟੈਕਟ ਕੀਤਾ ਸੀ ਪਰਸੋਂ ਹੀ ਕੀਤਾ ਸੀ ਓਕੇ ਹੋਰ ਬਾਪੂ ਜੀ ਕਿਸੇ ਨੇ ਤੁਹਾਡੀ ਇੰਨੇ ਸਾਲਾਂ 'ਚ ਕਿਸੇ ਨੇ ਕੋਈ ਬਾਹ ਨਹੀਂ ਫੜੀ ਇਹ ਬਹੁਤ ਸ਼ਰਮ ਵਾਲੀ ਗੱਲ ਹੈ ਸਾਡੇ ਸਮਾਜ 'ਚ ਪਰ ਤੁਸੀਂ ਇਸ ਬੱਚੀ ਲਈ ਕਹਿਣਾ ਸੀ ਨਾ ਇਹ ਤਾਂ ਬਰਥਡੇ ਸੀਗਾ ਕਿ ਬਸ ਇਕੱਠੇ ਹੋ ਕੇ ਮਨਾਇਆ ਗੁਰਦੁਆਰਾ ਸਾਹਿਬ ਉਸ ਤੋਂ ਬਾਅਦ ਫਿਰ ਅਸੀਂ ਸੋਚਿਆ ਵੀ ਇਸ ਬਾਰੇ ਕੁਝ ਸੋਚੀਏ ਇਸ ਤੋਂ ਵੱਡਾ ਦੁਨੀਆ ਦੇ ਵਿੱਚ ਮੈਨੂੰ ਲੱਗਦਾ ਕੋਈ ਕਰਮ ਹੈਗਾ ਮਤਲਬ ਪਰਮਾਤਮਾ ਦਾ ਨਾਮ ਜਪਣ ਨਾਲੋਂ ਵੀ ਅਸਲ ਕੰਮ ਹੈ ਕਿ ਉਹਦੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਕਿ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਤਾਂ ਇਸ ਤੋਂ ਵੱਡੀ ਸੇਵਾ ਕੋਈ ਸੇਵਾ ਕੀ ਸ਼ੁਭ ਨਾਮ ਬਾਈ ਤੁਹਾਡਾ ਰਮਨਦੀਪ ਸਿੰਘ ਤੁਹਾਡਾ ਬਾਈ ਬਲਜਿੰਦਰ ਸਿੰਘ ਚਲੋ ਯਾਰ ਬਹੁਤ ਖੁਸ਼ੀ ਹੋਈ ਤੁਸੀਂ ਇਹਨਾਂ ਨੂੰ ਸਾਂਭਿਆ ਮੈਂ ਤੁਹਾਨੂੰ ਹੁਣੀ ਸਾਰੇ ਆਪਣੀ ਟੀਮ ਦੇ ਨੰਬਰ ਦੇ ਕੇ ਜਾਂਦਾ ਤੇ ਪਲੀਜ਼ ਇਸ ਪਰਿਵਾਰ ਦਾ 100% ਜੋ ਵੀ ਸੇਵਾ ਹੋਈ ਸਾਡੇ ਲੈ ਕੇ ਲਓ ਕਿਉਂਕਿ ਨਾ ਸਾਡੇ ਕੋਲ ਵੀ ਆਂਟੀ ਦੇਖੋ ਮੈਂ ਕੋਈ ਕੋਲੋਂ ਪੈਸਾ ਨਹੀਂ ਦੇਣਾ ਸਾਡੇ ਕੋਲ ਵੀ ਜਿਹੜੇ ਦਾਨੀ ਸੱਜਣ ਨੇ ਨਾ ਅਮਰੀਕਾ ਕੈਨੇਡਾ ਦੇ ਵਿੱਚ ਉਹ ਤਰਸਦੇ ਨੇ ਕਿ ਇਦਾਂ ਦੇ ਬੱਚੇ ਸਾਨੂੰ ਦਿਓ ਲੋਕਾਂ ਕੋਲ ਇੰਨਾ ਕੁ ਰੁਪਈਆ 72 ਰੁਪਈਆ ਹੈ ਔਰ ਉਹਨਾਂ ਕੋਲ ਖਰਚਣ ਲਈ ਔਲਾਦ ਨਹੀਂ ਹੈ ਸਮਝ ਗਏ ਲੋਕਾਂ ਕੋਲ ਹੁਣ ਸਾਡੇ ਵੀ ਜਿੰਮੇ ਸੇਵਾ ਹੋਣੀ ਅਸੀਂ ਵੀ ਕਰਾਂਗੇ ਇਸ ਦੁਨੀਆ 'ਚ ਨਾ ਆਂਟੀ ਦੇਖੋ ਪਤਾ ਕੀ ਚੱਕਰ ਹੈ ਕਿਸੇ ਕੋਲ ਔਲਾਦ ਨਹੀਂ ਹੈ ਖਰਚਣ ਲਈ ਕਿਸੇ ਕੋਲ ਪੈਸਾ ਇੰਨਾ ਕਿਸੇ ਕੋਲ ਪੈਸਾ ਹੈ ਨਹੀਂ ਔਲਾਦ ਹੈ ਖਰਚਣ ਨੂੰ ਤਾਂ ਇਹ ਜੇ ਸਾਰੇ ਆਪਸ 'ਚ ਇੱਕ ਦੂਜੇ ਦੀ ਮਦਦ ਕਰਨ ਦਾ ਬੜਾ ਵਧੀਆ ਸੰਸਾਰ ਬਣ ਜਾਏਗਾ ਹੁਣ ਸਾਨੂੰ ਭੁੱਖ ਹੈ ਦੁਆਵਾਂ ਦੀ ਹਨਾ ਅਸੀਂ 8 ਸਾਲ ਹੋ ਗਏ ਸਾਨੂੰ ਸਾਡੀ ਸੰਸਥਾ ਦਾ ਕੋਈ ਅਕਾਊਂਟ ਨੰਬਰ ਨਹੀਂ ਅਸੀਂ ਕੋਈ ਕਿਸੇ ਦਾ ਦਾਨ ਲੈਂਦੇ ਨਹੀਂ ਅਸੀਂ ਡਾਇਰੈਕਟ ਜਿਹੜਾ ਡੋਨਰ ਆ ਉਹਨੂੰ ਹੀ ਮਲਵਾ ਦਿੰਦੇ ਹਾਂ ਇਸ ਬੱਚੀ ਨੂੰ ਵੀ ਅਸੀਂ ਉਹਨਾਂ ਨਾਲ ਹੀ ਮਲਵਾਵਾਂਗੇ ਤੇ ਉਹ ਬੱਚੀ ਦਾ ਖਰਚਾ ਅਡਾਪਟ ਕਰ ਲੈਣਗੇ ਜਿੰਨਾ ਖਰਚਾ ਹੋਇਆ 1,00,000, 2,00,000, 5,00,000, 10,00,000 ਵੀ ਲੱਗਿਆ ਅਸੀਂ ਬੱਚੀ ਤੇ ਲਾਵਾਂਗੇ ਔਰ ਕਿਸੇ ਤਰੀਕੇ ਦਾ ਅਸੀਂ ਕਿਸੇ ਕੋਲ ਦਾਨ ਨਹੀਂ ਲਵਾਂਗੇ ਜੋ ਵੀ ਸੇ ਉਹ ਹੀ ਬਾਪੂ ਜੀ ਨੂੰ ਹੀ ਦਵਾਵਾਂਗੇ ਜਿਹੜਾ ਹੁਣ 2025 ਹੋਏਗਾ ਇਹਨਾਂ ਦੇ ਘਰ ਦਾ ਖਰਚਾ ਅਸੀਂ ਦੇ ਜਾਂਦੇ ਕਿ ਚਲੋ ਬਾਪੂ ਦੀ ਦਿਹਾੜੀ ਦੂੜੀ ਟੁੱਟੇਗੀ ਫਿਰ ਉਸ ਤੋਂ ਬਾਅਦ ਮੈਂ 1-2 ਦਿਨ ਬਾਅਦ ਫਿਰ ਮੇਰਾ ਟੀਮ ਮੈਂਬਰ ਆਏਗਾ ਇੱਥੇ
ਤੁਹਾਡੇ ਨਾਲ ਗੱਲਬਾਤ ਕਰਦਾ ਰਹੇਗਾ। ਜੇ ਤੁਸੀਂ ਮੈਨੂੰ ਮਿਲਣਾ ਹੋਇਆ ਤਾਂ ਮੈਂ ਰੋਜ਼ ਸ਼ਾਮ ਨੂੰ ਨਾ ਉੱਥੇ ਮਿਲਦਾ, ਮਾਡਲ ਟਾਊਨ ਲੁਧਿਆਣੇ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਨੇ, ਉੱਥੇ ਪਾਰਕਿੰਗ ਦੇ ਵਿੱਚ 7 to 9 ਅਸੀਂ ਰੋਜ਼ 50-60 ਪੇਸ਼ੈਂਟਾਂ ਨੂੰ ਡੀਲ ਕਰਦੇ ਹਾਂ। ਤਾਂ ਜੇ ਤੁਹਾਡਾ ਕਦੀ ਹੋਵੇ ਉੱਥੇ ਆ ਕੇ ਪਰਿਵਾਰ ਦੇ ਲਈ ਜਾਂ ਕਿਸੇ ਹੋਰ ਆਪਣੇ ਮੁਹੱਲੇ 'ਚ ਪਰਿਵਾਰ ਲਈ ਮਿਲਣਾ, ਸਾਨੂੰ ਮਿਲੋ। ਮੈਨੂੰ ਕੋਈ ਕਿਸੇ ਦਾ ਮੁਹੱਲੇ 'ਚੋਂ ਨਹੀਂ ਚਾਹੀਦਾ ਕਿ ਮੈਨੂੰ ਵੋਟਾਂ ਪਾਓ, ਮੈਨੂੰ ਆਹ ਕਰੋ। ਮੈਂ ਸਿਰਫ ਜਿੱਦਾਂ ਤੁਸੀਂ ਇਸ ਪਰਿਵਾਰ ਬਾਰੇ ਸਾਨੂੰ ਦੱਸਿਆ, ਕਿਉਂਕਿ ਇਹ ਸ਼ਾਇਦ ਡਾਇਰੈਕਟ ਸਾਡੇ ਤੱਕ ਨਾ ਪਹੁੰਚ ਪਾਉਂਦੇ, ਤੁਸੀਂ ਜ਼ਰੀਆ ਬਣੇ ਹੋ, ਬਹੁਤ ਵੱਡੀ ਗੱਲ। ਤੇ ਅੱਗੋਂ ਵੀ ਜੇ ਤੁਹਾਡੇ ਕੋਈ ਗੁਆਂਢੀ 'ਚ ਕੋਈ ਇੱਦਾਂ ਹੋਵੇ, ਕੋਈ ਲੋੜਵੰਦ ਪਰਿਵਾਰ, ਕੋਈ ਬਜ਼ੁਰਗ ਹੋਵੇ, ਕਿਸੇ ਨੇ ਅੱਖਾਂ ਦਾ ਆਪਰੇਸ਼ਨ ਕਰਨਾ, ਕਿਸੇ ਨੇ ਸਲਾਹ ਵੀ ਲੈਣੀ ਹੋਵੇ ਨਾ ਇਕੱਲੀ, ਤੁਸੀਂ ਕਿਸੇ ਨੇ ਕਿ ਹਾਂ ਵੀ ਅਸੀਂ ਆਹ ਇਲਾਜ ਕਰਾਉਣਾ, ਉਹ ਵੀ ਸਾਨੂੰ ਦੱਸਿਓ। ਅਸੀਂ ਲੱਖਾਂ ਵਾਲੇ ਆਪਰੇਸ਼ਨ 10-15 ਹਜ਼ਾਰ 'ਚ ਕਰਾ ਦਈਦੇ, ਤੇ ਜੇ ਕੋਈ ਨਹੀਂ ਅਫੋਰਡ ਕਰ ਸਕਦਾ ਉਹ ਸਾਰਾ ਫ੍ਰੀ ਕਰਾ ਦਈਦੇ। ਠੀਕ ਹੈ, ਠੀਕ ਹੈ ਬਾਪੂ ਜੀ। ਹੁਣ ਤੁਹਾਡੀ ਬਹੁਤ ਵੱਡੀ ਜ਼ਿੰਮੇਵਾਰੀ ਜਿਹੜੀ ਗੁਰਸਾਹਿਬ ਨੇ ਬਖਸ਼ੀ ਹੈ ਕਿ ਇਹਦਾ ਇਲਾਜ ਕਰਾਉਣਾ, ਤੇ ਜਦੋਂ ਤੱਕ ਇਲਾਜ ਨਹੀਂ ਹੋ ਜਾਂਦਾ ਇਹਦਾ, ਭਾਵੇਂ ਮਹੀਨਾ ਲੱਗੇ 2 ਮਹੀਨੇ ਲੱਗਣ, ਤੁਸੀਂ ਇਹਨਾਂ ਦਾ ਸਾਥ ਨਹੀਂ ਛੱਡਣਾ। ਇਹ ਸਮਝ ਲਓ ਕਿ ਗੁਰਸਾਹਿਬ ਆਪ ਕਹਿੰਦੇ ਨਾ ਕਿ ਪਰਮਾਤਮਾ ਸੰਗਤ 'ਚ ਹੈ, ਤਾਂ ਹੋ ਸਕਦਾ ਪਰਮਾਤਮਾ, ਹੋ ਕੀ ਸਕਦਾ ਪਰਮਾਤਮਾ ਸਭ 'ਚ ਹੀ ਹੈ। ਅੱਛਾ, ਖੁਦ ਹੀ ਅੰਮ੍ਰਿਤ ਛਕਿਆ ਨੇ? ਵਾਹਿਗੁਰੂ। ਅੱਛਾ ਜੀ, ਪਾਠ ਸੁਣਾ ਦੇ ਵੀਰੇ ਨੂੰ ਫਿਰ। ਕਿਆ ਬਾਤ, ਬੜੇ ਵਧੀਆ ਸੰਸਕਾਰ ਦੇ ਰਹੇ ਹੋ ਮੇਰੀ। ਨਿਹਾਲ ਸਤਿ ਸ੍ਰੀ ਅਕਾਲ, ਬਹੁਤ ਵਧੀਆ। ਪਰਮਾਤਮਾ ਦੇ ਨਾਲ ਤੁਸੀਂ ਇਹਨੂੰ ਜੋੜਿਆ, ਹੁਣ ਤਾਂ ਵੈਸੇ ਹੀ ਨਹੀਂ ਡੋਲੇਗੀ, ਪਰ ਚਲੋ ਪਰਿਵਾਰ 'ਚ ਦੁੱਖ ਤਾਂ ਅਸੀਂ ਦੇਖ ਹੀ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਅੱਜ ਅਸੀਂ ਸੁਭਾਸ਼ ਨਗਰ ਦੇ ਨੇੜੇ ਪਹੁੰਚੇ ਹਾਂ ਜੀ। ਸਾਡੇ ਕੋਲ 2-3 ਦਿਨ ਪਹਿਲਾਂ, ਇੱਧਰ ਆ ਜਾਓ ਭਾਜੀ, 2-3 ਦਿਨ ਪਹਿਲਾਂ ਇੱਧਰ ਆ ਜਾਓ। 2-3 ਦਿਨ ਪਹਿਲਾਂ ਸਾਨੂੰ ਇਹਨਾਂ ਦੇ ਮੁਹੱਲੇ ਵਾਲਿਆਂ ਦੀ ਕਾਲ ਆਈ, ਇਸ ਭੈਣ ਲਈ, ਇਸ ਬੱਚੇ ਲਈ, ਇਹ ਬਾਪੂ ਜੀ ਲਈ, ਕਿ ਪਰਿਵਾਰ ਦੇ ਵਿੱਚ ਨਾਨਾ ਜੀ ਅਤੇ ਦੋਤੀ ਹੈ ਇਹਨਾਂ ਦੀ। ਅਤੇ ਬੜਾ ਦੁੱਖ ਹੁੰਦਾ ਜਾਣ ਕੇ ਕਿ ਸਮਾਜ ਦੇ ਵਿੱਚ ਸਾਡੇ ਜਦੋਂ ਇੰਨੇ ਵੱਡੀ ਪੱਧਰ 'ਤੇ ਇਨਸਾਨ ਦਾਨੀ ਸੱਜਣ ਵੀਰ ਬੈਠੇ ਹੋਣ। ਮੈਂ ਦਾਨੀ ਸੱਜਣ ਵੀਰ ਇਕੱਲੇ ਜੇਬ ਵੱਲੋਂ ਨਹੀਂ ਕਹਿ ਰਿਹਾ, ਮੈਂ ਇਹਨਾਂ ਦੀ ਵੀ ਸੋਚ ਨੂੰ ਅਤੇ ਇਹਨਾਂ ਦੇ ਕਰਮਾਂ ਨੂੰ ਸਲਾਮ ਦਿੰਦਾ ਕਿ ਅੱਜ ਪੂਰਾ ਮੁੱਲਾ ਮੋਢੇ ਨਾਲ ਮੋਢਾ ਜੋੜ ਕੇ ਇਸ ਪਰਿਵਾਰ ਨਾਲ ਖੜਾ। ਔਰ ਜੋ ਇਨਸਾਨੀਅਤ ਦਾ ਸਭ ਤੋਂ ਵੱਡਾ ਧਰਮ ਅਤੇ ਕਰਮ ਹੈ, ਔਰ ਧਰਮ ਤੋਂ ਵੀ ਉੱਤੇ ਜੇ ਕੋਈ ਗੱਲ ਆਉਂਦੀ ਹੈ ਉਹ ਕਰਮ ਦੀ ਹੈ, ਕਿਉਂਕਿ ਕਰਮ ਬਿਨਾਂ ਕੋਈ ਧਰਮ ਨਹੀਂ। ਔਰ ਜੇ ਬੰਦਾ ਪਰਮਾਤਮਾ ਦੇ ਦਿੱਤੇ ਹੋਏ ਫਰਮਾਨ 'ਤੇ ਨਹੀਂ ਚੱਲ ਰਿਹਾ ਤਾਂ ਉਹ ਕਾਹਦਾ ਧਰਮੀ ਹੋਇਆ, ਹੈ ਨਾ। ਔਰ ਇਹ ਕਰਮ ਜਿਹੜਾ ਇਹ ਕਰ ਰਹੇ ਨੇ ਇਸ ਪਰਿਵਾਰ ਲਈ, ਇਹਨਾਂ ਨੇ ਇੰਨੀ ਪੇਨ ਲਿੱਤੀ, 2-3 ਦਿਨ ਤੋਂ ਸਾਡੀ ਟੀਮ ਨਾਲ ਕੰਟੈਕਟ ਵਿੱਚ ਨੇ ਔਰ ਕਹਿ ਰਹੇ ਨੇ ਕਿ ਸਾਨੂੰ ਦੱਸੋ ਇਸ ਪਰਿਵਾਰ ਲਈ ਕਿਵੇਂ ਅਸੀਂ ਕੰਮ ਆ ਸਕਦੇ ਹਾਂ। ਅਤੇ ਅੱਜ ਅਸੀਂ ਇਸ ਪਰਿਵਾਰ ਦੇ ਕੋਲ ਪਹੁੰਚੇ ਹਾਂ। ਇੱਕ ਤਾਂ ਤੁਹਾਨੂੰ ਕਹਿਣਾ ਚਾਹੁੰਦੇ ਕਿ ਇਹਨਾਂ ਦੇ ਪਰਿਵਾਰ ਲਈ ਜ਼ਰੂਰ ਅਰਦਾਸ ਕਰਿਓ। ਬੱਚੀ ਨੇ ਅਜੇ ਪਰਸੋਂ ਅੰਮ੍ਰਿਤ ਛਕਿਆ, ਪਰਿਵਾਰ ਦੇ ਵਿੱਚ ਇਕੱਲੇ ਨਾਨਾ ਜੀ ਹੈ ਅਤੇ ਬੱਚੀ ਹੈ। ਆਧਾਰ ਕਾਰਡ ਇਹਦਾ ਅਸੀਂ ਦੇਖਿਆ, ਮੰਮੀ ਪਾਪਾ ਹੈ ਨਹੀਂ, ਪਰ ਚਲੋ ਆਹ ਵੀ ਮੰਮੀ ਪਾਪਾ ਤੋਂ ਘੱਟ ਨਹੀਂ ਹੈ। ਅਤੇ ਹੁਣ ਆ ਬੱਚੀ ਦਾ ਨਾ ਆ ਜਿਹੜਾ ਰਸੌਲੀ ਦਾ ਆਪਰੇਸ਼ਨ ਹੋਣਾ ਜੀ, ਪਿੱਠ 'ਤੇ ਰਸੌਲੀ ਬਹੁਤ ਵੱਡੀ ਹੈ, ਸਿਰ 'ਤੇ, ਸਿਰ ਦੇ ਨਾਲ ਕਨੈਕਟਡ ਹੈ, ਸਿਰ ਦੇ ਨਾਲ ਨਾ ਆ ਵੀ ਰਸੌਲੀ ਹੈ ਨਾ, ਇੱਥੇ ਉਹ ਠੁੱਬ ਪਿਆ ਹੋਇਆ, ਇੱਥੋਂ ਜਿਹੜੀ ਰਸੌਲੀ ਆ ਬ੍ਰੇਨ ਦੀ ਰਸੌਲੀ ਹੈ, ਅਤੇ ਇਹਦਾ ਆਪਰੇਸ਼ਨ ਜਿਹੜਾ ਹੁੰਦਾ ਬਹੁਤ ਨਾਜ਼ੁਕ ਆਪਰੇਸ਼ਨ ਹੁੰਦਾ। ਅਤੇ ਇਹ ਚੰਡੀਗੜ੍ਹ PGA ਦੇ ਵਿੱਚ ਹੁਣ ਅਸੀਂ ਇਹਨਾਂ ਨੂੰ ਕੱਲ੍ਹ ਚੈੱਕਅਪ ਵਾਸਤੇ ਭੇਜ ਰਹੇ ਹਾਂ, ਅਤੇ ਗੁਰਸਾਹਿਬ ਕਿਰਪਾ ਕਰਨ, ਡਾਕਟਰ ਸਾਹਿਬ ਆਪਰੇਸ਼ਨ ਦੀ ਡੇਟ ਦੇਣ, ਅਤੇ ਫਟਾਫਟ ਇਹ ਬੱਚੀ ਤੰਦਰੁਸਤ ਹੋ ਕੇ ਪੂਰੀ, ਇਹਦੀ ਨੈੱਕ ਵੀ ਮੇਰੇ ਖਿਆਲ ਨਾਲ ਜੁਆਇੰਟ ਹੈ ਮੋਢੇ ਦੇ ਨਾਲ, ਉਹ ਸਾਰਾ ਅਸੀਂ ਚੈੱਕਅਪ ਕਰਾ ਕੇ ਤੁਹਾਨੂੰ ਦੱਸਾਂਗੇ ਜੀ ਕਿੱਦਾਂ ਕੀ ਹਿਸਾਬ ਕਿਤਾਬ ਹੈ। ਅਤੇ ਜਿਹੜਾ ਵੀ ਵੀਰ ਇਸ ਪਰਿਵਾਰ ਦੀ ਸੇਵਾ ਕਰਨਾ ਚਾਹੁੰਦਾ ਉਹ ਡਾਇਰੈਕਟਲੀ ਮਿਲ ਕੇ ਹੀ ਕਰੇ। ਔਰ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਜਦੋਂ ਵੀ ਅਸੀਂ ਕਿਸੇ ਪਰਿਵਾਰ ਦੀ ਵੀਡੀਓ ਪਾਉਂਦੇ ਹਾਂ, ਡਾਇਰੈਕਟ ਖੁਦ ਆਪ ਹੀ ਮਿਲ ਕੇ ਪਰਿਵਾਰ ਨੂੰ ਸੇਵਾ ਨਾ ਪਹੁੰਚਾ ਦਿਆ ਕਰੋ, ਸਾਡੇ ਇੱਕ ਵਾਰੀ ਅੱਖਾਂ ਦੇ ਮੋਹਰੇ ਜਾਂ ਕੰਨਾਂ ਤੱਕ ਜ਼ਰੂਰ ਪਾ ਦਿਆ ਕਰੋ। ਕਿਉਂਕਿ ਅਸੀਂ ਕੀ ਕਰਦੇ ਹਾਂ, ਅਸੀਂ ਅਫੋਰਡ ਕਰ ਲੈਂਦੇ ਹਾਂ ਸਾਰਾ ਖਰਚਾ, ਸਾਰਾ ਕਹਿ ਦਿੰਦੇ ਹਾਂ ਕਿ ਖਰਚਾ ਕਰਾਂਗੇ। ਉਸ ਤੋਂ ਬਾਅਦ ਕਈ ਦਾਨੀ ਸੱਜਣ ਵੀਰ ਸਾਨੂੰ ਕੱਟ ਕੇ ਡਾਇਰੈਕਟ ਪੇਸ਼ੈਂਟ ਨੂੰ ਜਾਂ ਉਹਨਾਂ ਦੇ ਘਰ ਪੈਸੇ ਪਹੁੰਚ ਜਾਂਦੇ ਨੇ, ਪਹੁੰਚਾ ਦਿੰਦੇ ਨੇ, ਉਹ ਕੋਈ ਮਾੜੀ ਗੱਲ ਨਹੀਂ ਹੈ। ਪਰ ਸਾਨੂੰ ਪਤਾ ਹੋਵੇ ਕਿ ਕਿਹੜੇ ਪੇਸ਼ੈਂਟ ਨੂੰ ਕਿੰਨੇ ਪੈਸੇ ਦੀ ਲੋੜ ਹੈ ਅਤੇ ਕਿੰਨੇ ਪਹੁੰਚਾਉਣੇ। ਕਈ ਵਾਰ ਕਿਸੇ ਨੂੰ ਲੋੜ 10,000 ਦੀ ਹੁੰਦੀ ਹੈ, ਪਰ ਆਪਾਂ ਉਹਦੇ ਖਾਤੇ 'ਚ 10 ਲੱਖ ਪਾ ਦਿੰਦੇ, ਜੋ ਪੈਸਿਆਂ ਦੀ ਦਾਨ ਦੀ ਦੁਰਵਰਤੋਂ ਹੈ। ਅਤੇ ਮੈਨੂੰ ਲੱਗਦਾ ਕਿ ਜਿਹਨੂੰ ਜਿੰਨੀ ਲੋੜ ਹੈ ਜਾਂ ਜਿੰਨੇ ਕੁ ਦਾ ਉਹਦਾ ਇਲਾਜ ਹੈ ਜਾਂ ਜਿੰਨੀ ਕੁ ਉਹਦੀ ਸ਼ਮਤਾ ਹੈ, ਆਪਾਂ ਉੰਨੀ ਕੁ ਮਦਦ ਕਰੀਏ, ਤਾਂ ਉਹਦੇ ਲਈ ਜ਼ਰੂਰ ਸਾਡੀ ਟੀਮ ਦੇ ਨਾਲ ਕੰਟੈਕਟ ਕਰਕੇ, ਜਿੱਦਾਂ ਹੁਣ ਬਾਪੂ ਜੀ ਨੂੰ ਅਸੀਂ ਰੋਟੀ ਪਾਣੀ ਦਾ ਖਰਚਾ ਦੇ ਕੇ ਜਾਵਾਂਗੇ, ਅਤੇ ਜੋ ਵੀ ਇਸ ਪਰਿਵਾਰ ਦਾ ਖਰਚਾ ਹੁੰਦਾ ਗਿਆ, ਅਸੀਂ ਵੀ ਡੋਨਰਾਂ ਕੋਲੋਂ ਬਾਪੂ ਜੀ ਦਾ ਕਰਾਉਂਦੇ ਰਵਾਂਗੇ। ਇਹ ਮੈਂ ਵਾਅਦਾ ਕਰਦਾ ਕਿ ਇਸ ਬੱਚੀ ਲਈ ਵੱਧ ਚੜ੍ਹ ਕੇ ਜਿਹੜੇ ਲੋਕ ਨੇ ਉਹ ਸਾਥ ਦੇਣਗੇ, ਇਸ ਵੀਡੀਓ ਨੂੰ ਸ਼ੇਅਰ ਕਰਨਗੇ। ਔਰ ਮੈਂ ਮੁਹੱਲੇ ਵਾਲਿਆਂ ਦਾ ਬਹੁਤ ਧੰਨਵਾਦੀ ਹਾਂ ਕਿ ਇਹਨਾਂ ਨੇ ਸਾਨੂੰ ਸੇਵਾ ਦਾ ਮੌਕਾ ਦਿੱਤਾ। ਔਰ ਅੱਗੋਂ ਵੀ ਜੇ ਕਿਸੇ ਤੁਸੀਂ ਵੀਡੀਓ ਦੇਖ ਰਹੇ ਹੋ, ਤੁਹਾਡੇ ਮੁਹੱਲੇ 'ਚ ਕੋਈ ਇੱਦਾਂ ਦਾ ਕੇਸ ਹੈਗਾ, ਲੋੜਵੰਦ ਪਰਿਵਾਰ ਜਿਹਨੂੰ ਹੈਲਪ ਦੀ ਲੋੜ ਹੈ, ਤਾਂ ਮੈਂ ਬੇਨਤੀ ਕਰਨਾ ਚਾਹੁੰਦਾ ਹੱਥ ਜੋੜ ਕੇ ਇਹਨਾਂ ਮੁਹੱਲੇ ਵਾਲਿਆਂ ਕੋਲ ਕੁਝ ਸਿੱਖ ਕੇ, ਇਹਨਾਂ ਰੱਬ ਦੇ ਬੰਦਿਆਂ ਕੋਲੋਂ ਕੁਝ ਸਿੱਖ ਕੇ, ਤੁਸੀਂ ਵੀ ਸਾਡੇ ਨਾਲ ਕੰਟੈਕਟ ਕਰੋ ਵੀਡੀਓ ਦੇ ਉੱਪਰ ਦਿੱਤੇ ਗਏ ਨੰਬਰਾਂ 'ਤੇ, ਕਿ ਕੱਲ੍ਹ ਨੂੰ ਕੋਈ ਵੀ ਐਸਾ ਪਰਿਵਾਰ ਦੇਖੋ, ਤੁਸੀਂ ਘਰ ਦੇ ਹਾਲਾਤ ਅੰਦਰ ਕੀ ਨੇ,
ਪੱਖਾ ਵੀ ਜਿਹੜਾ ਉਹ ਤਾਰ ਨਾਲ ਜੁੜਿਆ ਹੋਇਆ ਔਰ ਇੱਕੋ ਕਮਰੇ ਦੇ ਵਿੱਚ। ਬਾਪੂ ਜੀ ਬਾਥਰੂਮ ਕਿੱਥੇ ਆ ਫਿਰ? ਬਾਥਰੂਮ ਕੋਠੇ ਤੇ। ਅੱਛਾ ਬਾਥਰੂਮ ਕੋਠੇ ਤੇ ਤੇ ਰੋਟੀ ਪਾਣੀ? ਰੋਟੀ ਪਾਣੀ ਉੱਧਰ ਨਾ ਮੈਂ ਸਟੋਰ ਨੂੰ ਕਰਦਾ। ਅੱਛਾ ਰੋਟੀ ਪਾਣੀ ਉੱਧਰ ਬਣਾਉਂਦੇ ਹੋ ਤੁਸੀਂ? ਕਰਦੇ ਹੋ ਫਿਰ ਰੋਟੀ ਪਾਣੀ? ਮੈਂ ਕਰਦਾ ਸਰ। ਅੱਛਾ ਤਿਆਰ ਕਰਨਾ ਸਾਰਾ। ਅੱਛਾ ਤੁਸੀਂ ਤਿਆਰ ਕਰਨਾ, ਚਲੋ ਕੋਈ ਗੱਲ ਨਹੀਂ। ਠੀਕ ਹੈ ਖੁਸ਼ੀ, ਹੱਸ ਕੇ ਦਿਖਾ ਦੇ ਹੁਣ, ਤੂੰ ਠੀਕ ਹੋ ਜਾਣਾ। ਠੀਕ ਹੈ, ਤੇ ਬੜੀ ਪਿਆਰੀ ਬੱਚੀ ਹੈ ਜੀ ਖੁਸ਼ੀ, ਇਹਦੇ ਲਈ ਅਰਦਾਸ ਵੀ ਕਰਿਓ। ਔਰ ਮੈਂ ਬਾਰ ਬਾਰ ਮੁਹੱਲੇ ਵਾਲਿਆਂ ਦਾ ਬਹੁਤ ਧੰਨਵਾਦੀ ਹਾਂ ਕਿ ਚਲੋ ਇਹਨਾਂ ਨੇ ਅੱਗੇ ਹੋ ਕੇ ਇਸ ਪੇਸ਼ੈਂਟ ਲਈ ਜਿਹੜਾ ਸਾਨੂੰ ਸੇਵਾ ਦਾ ਮੌਕਾ ਦਿੱਤਾ। ਹੁਣ ਇਸ ਬੱਚੀ ਦਾ ਜੋ ਵੀ ਖਰਚਾ ਆਏਗਾ PGI ਚੰਡੀਗੜ੍ਹ ਦੇ ਵਿੱਚ ਡਾਕਟਰ ਕਹਿਣਗੇ, ਭਾਵੇਂ ਉਹ 2 ਲੱਖ ਕਹਿਣ, ਭਾਵੇਂ ਉਹ 5 ਲੱਖ ਕਹਿਣ, ਅਸੀਂ ਤੁਹਾਡੇ ਨਾਲ ਫਿਰ ਰੂਬਰੂ ਹੋਵਾਂਗੇ। ਉਦੋਂ ਤੱਕ ਇਸ ਬੱਚੀ ਲਈ ਅਰਦਾਸ ਕਰਿਓ ਔਰ ਸਰਬੱਤ ਦੇ ਭਲੇ ਲਈ ਅਰਦਾਸ ਕਰਿਓ ਕਿ ਇਹ ਬੱਚੀ ਠੀਕ ਹੋ ਕੇ ਤੰਦਰੁਸਤੀ ਨਾਲ ਦੁਬਾਰਾ ਤੁਹਾਨੂੰ ਵੀਡੀਓ ਦੇ ਅਸੀਂ ਰੂਬਰੂ ਕਰਾਈਏ। ਅਤੇ ਜਿਹਨਾਂ ਨੂੰ ਕਮਰਾ ਕੁਮਰਾ ਵੀ ਕੋਈ ਚੇਂਜ ਕਰਨਾ ਹੋਇਆ ਆਂਟੀ, ਉਹ ਵੀ ਦੇਖ ਲਿਓ, ਅਸੀਂ ਕਮਰੇ ਦਾ ਰੈਂਟ ਵੀ ਸਾਲ ਦਾ ਇਕੱਠਾ ਦੇ ਦਾਂਗੇ ਕਿ ਚਲੋ ਬਾਪੂ ਜੀ ਵਧੀਆ। ਬੂਟ ਬਾਟ ਹੈ ਨਹੀਂ ਬਾਪੂ ਜੀ ਤੁਹਾਡੇ ਕੋਲ? ਬੇਟਾ ਬੂਟ ਦਾ ਨੰਬਰ ਦੇਖ ਲੈ, ਇਹਨਾਂ ਨੂੰ ਅੱਜ ਬੂਟ ਦੇ ਕੇ ਜਾਈ ਘਰੇ, ਤੇਰੇ ਬੂਟ ਬੜੇ ਸੋਹਣੇ, ਲੈ ਜਾ। ਤੇ ਬਹੁਤ ਬਹੁਤ ਧੰਨਵਾਦ ਜੀ, ਬੜੀ ਪਿਆਰੀ ਬੱਚੀ ਹੈ, ਇਹਦੇ ਲਈ ਜ਼ਰੂਰ ਇੱਕ ਸ਼ੇਅਰ ਕਰਿਓ ਕਿ ਜਿਹੜੇ ਦਾਨੀ ਵੀਰ ਵੀਡੀਓ ਦੇਖ ਰਹੇ ਹੋਣਗੇ ਇਹਨਾਂ ਦੀ ਹੈਲਪ ਕਰਨ ਲਈ ਜ਼ਰੂਰ ਅੱਗੇ ਆਉਣ। ਬਾਕੀ